जोगिंदर पाल जी। जोगिंदर पाल जी, की मामला जिहड़ा तुहानू लैटर जिहड़ी आई? सानू एक शनिवार लैटर आया जी, तो वो संबंध में असं एस पी साहब मिलन आए थे, उन्होंने जो लैटर आया उन्होंने दिखा दिता जी, कोई जो धमकी आई है वो बारे दस दिता जी। की लैटर से की धमकी लिखा? लैटर धमकी आई है कि स्पीकर बंद कर दिता जाए, नहीं तो प्रधान तो पुजारी को गोली मार के मार दिता जाए। कि मंदिर है? ये मंदिर हैगा जी रतनपुरा शिव मंदिर न्यू मॉडल टाउन। किन्नी देर पुराना मंदिर है? ये साडा मंदिर 40-45 साल पुराना मंदिर है। कौन ये जो तुम्हें धमकी आई है, तुम्हें की लग रहा है, किहदे वल्लों आई है, की कह सकते जी? हुण इहदे बारे कुछ नहीं कह सकते। कौन प्रधान जी? कौन उत्थे? प्रधान विजय शर्मा जी एडवोकेट। अच्छा जी, हाँ जी, विजय शर्मा जी एडवोकेट प्रधान ने। ਤੁਹਾਡੀ ਇਸ ਮਾਮਲੇ ਜਿਹੜੀ ਉੱਚ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਕੀ? ਨਹੀਂ, ਸਾਨੂੰ ਅਸੀਂ ਪ੍ਰਸ਼ਾਸਨ ਨੂੰ ਸਾਰਾ ਦੱਸਤਾ, ਐਸ ਐਸ ਓ ਸਾਹਿਬ ਨੂੰ ਵੀ ਅਸੀਂ ਗਏ ਸੀ ਮਿਲਣ, ਉਹ ਮਿਲੇ ਨਹੀਂ। ਐਸ ਪੀ ਸਾਹਿਬ ਨੂੰ ਦੱਸਤਾ, ਉਹ ਕਹਿੰਦੇ ਜੋ ਬੰਦੀ ਕਾਰਵਾਈ ਅਸੀਂ ਕਰਾਂਗੇ। ਭਾਅ ਜੀ, ਲੈਟਰ ਆਈ ਕਿੱਦਾਂ? ਮਤਲਬ ਤੁਹਾਨੂੰ ਪੋਸਟ? ਬਾਈ ਡਾਕ ਆਈ ਜੀ। ਬਾਈ ਪੋਸਟ? ਹਾਂਜੀ, ਡਾਕੀਆ ਦੇ ਕੇ ਗਿਆ। ਅੱਛਾ ਜੀ, ਬਾਈ ਪੋਸਟ ਆਈ ਜੀ ਲੈਟਰ ਸਾਨੂੰ। ਬਾਈ ਪੋਸਟ ਕਿੰਨੇ ਦਿਨਾਂ ਬਾਅਦ ਤੁਹਾਨੂੰ ਪਤਾ ਲੱਗਾ ਕਦੋਂ ਡਾਕ ਆਉਂਦੀ ਹੈ? ਪਤਾ ਸੈਚਰਡੇ ਆਈ ਹੈ ਜੀ, ਸੈਚਰਡੇ ਪਤਾ ਲੱਗ ਗਿਆ ਸਾਨੂੰ, ਪੁਜਾਰੀ ਨੂੰ ਦੇ ਗਿਆ ਸੀ ਡਾਕੀਆ ਜੀ। ਕਿਸ ਸ਼ਬਦਾਂ ਦੇ ਵਿੱਚ ਇਹ ਲੈਟਰ ਲਿਖਿਆ ਗਿਆ ਆ? ਹਿੰਦੀ ਦੇ ਸ਼ਬਦ। ਹਿੰਦੀ ਦੇ ਹਿੰਦੀ ਚ ਕੀ ਲੱਗਦਾ ਤੁਹਾਨੂੰ? ਇਹ ਕੁਛ ਨਹੀਂ ਕਹਿ ਸਕਦੇ ਜੀ, ਕੁਛ ਰਾਹਤ ਵੀ ਹੋ ਸਕਦੀ ਹੈ ਜੀ। ਹਾਂਜੀ, ਮਤਲਬ ਲਾਈਟਲੀ ਲਿਆ ਜਾ ਸਕਦਾ ਕਿ ਨਹੀਂ? ਲਾਈਟਲੀ ਵੀ ਨਹੀਂ ਲੈਣਾ ਚਾਹੀਦਾ ਜੀ। ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ? ਜੋ ਬੰਦੀ ਕਾਰਵਾਈ ਕੀਤੀ ਜਾਵੇ ਜੀ, ਜੋ ਪ੍ਰਸ਼ਾਸਨ ਕਰ ਸਕਦਾ ਇਹਦੇ ਵਿੱਚ ਹੱਦ ਤੋਂ ਵੱਧ ਕਰੇਗੀ। ਤੁਸੀਂ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਕੋਈ ਇਸ ਮਾਮਲੇ 'ਚ? ਹਾਂਜੀ, ਐਸ ਪੀ ਸਾਹਿਬ ਹੁਣ ਮਿਲੇ ਹਾਂ ਜੀ, ਅਤੇ ਐਸ ਐਚ ਓ ਸਾਹਿਬ ਨੂੰ ਉੱਥੇ ਤੁਸੀਂ ਲੈਟਰ ਦਿਆ ਸੀ ਇਹਦਾ, ਜੋ ਤੁਸੀਂ ਫੋਟੋ ਸ਼ੂਟ ਕਾਪੀ ਦਿਆ। ਕੀ ਆਪਣੇ ਕੈਮਰੇ ਵਗੈਰਾ ਲੱਗੇ ਉੱਥੇ? ਹਾਂਜੀ ਸਰ, ਕੈਮਰੇ ਲੱਗੇ। ਕੀ ਪਬਲਿਕ ਤੋਂ ਕੀ ਅਪੀਲ ਕਰਦੇ ਆ ਮਹੱਲਾ ਵਾਸੀਆਂ ਤੋਂ? ਮਹੱਲਾ ਵਾਸੀਆਂ ਤੋਂ ਦੇਖੀਏ ਜੀ ਕਿ ਇੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ, ਮੰਦਰ ਦਾ ਕੰਮ ਹੈ ਜੀ, ਕਿ ਹਰ ਤਰ੍ਹਾਂ ਦੀ ਜਨਤਾ ਉੱਥੇ ਆਉਂਦੀ ਜਾਂਦੀ ਹੈ ਜੀ, ਹਰ ਤਰ੍ਹਾਂ ਦੇ ਭਗਤ ਆਉਂਦੇ ਜਾਂਦੇ ਜੀ। ਕੀ ਮਾਮਲਾ ਜਿਹੜਾ ਤੁਸੀਂ ਮੰਦਰ ਆਏ ਆ? ਇਹ ਨਾ ਸਾਨੂੰ ਇੱਕ ਕੰਪਲੇਂਟ ਮਿਲੀ ਸੀ, ਯੋਗੇਸ਼ ਸ਼ਰਮਾ ਜੀ ਇੱਥੇ ਜੋ ਮੰਦਰ ਦੇ ਪੁਜਾਰੀ ਆ, ਇਹਨਾਂ ਨੂੰ ਕਿਸੇ ਨੇ ਕੋਈ ਗੁੰਮਨਾਮ ਚਿੱਠੀ ਲਿਖ ਕੇ ਪੋਸਟ ਕੀਤੀ ਆ ਕਿ ਮੰਦਰ ਦੇ ਜਿਹੜੇ ਸਪੀਕਰ ਆ ਉਹ ਬਾਹਰ ਵਾਲੇ ਬੰਦ ਕੀਤੇ ਜਾਣ, ਨਹੀਂ ਤਾਂ ਪੰਡਿਤ ਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾ ਸਕਦੇ ਹਾਂ ਅਸੀਂ। ਜਿਸ ਸੰਬੰਧ 'ਚ ਅਸੀਂ ਆਏ ਹਾਂ ਇੱਥੇ, ਚੈੱਕ ਕੀਤਾ ਆ, ਮੰਦਰ ਦੇ ਕੈਮਰੇ ਵਗੈਰਾ ਸਾਰੇ ਲੱਗੇ ਹੋਏ ਆ, ਹੋ ਸਕਦਾ ਕੋਈ ਮਾਹੌਲ ਖਰਾਬ ਕਰਨ ਦਾ ਪੰਜਾਬ ਦਾ ਉਸ ਮੰਤਵ ਦੇ ਨਾਲ ਹੀ ਚਿੱਠੀ ਭੇਜੀ ਹੋਵੇ, ਪਰ ਫਿਰ ਵੀ ਅਸੀਂ ਇਸ ਨੂੰ ਸੀਰੀਅਸ ਲੈ ਰਹੇ ਹਾਂ ਅਤੇ ਇੱਥੇ ਪੀ ਸੀ ਆਰ ਵੀ ਅਸੀਂ ਲਗਾ ਦਿੱਤੀ ਹੈ ਇੱਕ। ਅਤੇ ਮੰਦਰ ਵਿੱਚ ਕੈਮਰੇ ਵਗੈਰਾ ਲੱਗੇ ਹੋਏ ਆ? ਹਾਂਜੀ, ਮੰਦਰ ਦੇ ਵਿੱਚ 8 ਕੈਮਰੇ ਲੱਗੇ ਹੋਏ ਆ ਚਾਰਾਂ ਸਾਈਡਾਂ 'ਤੇ। ਅਸੀਂ ਇਹ ਸ਼ਰਾਰਤ ਵੀ ਲੱਗਦੀ ਹੈ ਕਿਸੇ ਦੀ ਜਾਂ? ਹੋ ਸਕਦਾ ਹੈ ਵੀ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨ, ਜਿੱਦਾਂ ਅੱਜ ਕੱਲ੍ਹ 2-3 ਦਿਨ ਤੋਂ ਲਗਾਤਾਰ ਇੱਥੇ ਲਾਗੇ ਲਾਗੇ ਹੋਰ ਵੀ ਲੋਕਾਂ ਨੂੰ ਥਰੈਟਨਿੰਗ ਕਾਲਸ ਵੀ ਆ ਰਹੀਆਂ ਆ ਅਨਨੋਨ ਨੰਬਰਾਂ ਤੋਂ, ਅਤੇ ਉਹ ਵੀ ਮਾਮਲੇ ਸਾਹਮਣੇ ਆਏ ਆ, ਅਤੇ ਹੋ ਸਕਦਾ ਹੈ ਕਿਸੇ ਨੇ ਸ਼ਰਾਰਤ ਨਾਲ ਵੀ ਕੀਤੀ ਹੋਈ, ਪਰ ਫਿਰ ਵੀ ਅਸੀਂ ਸੀਰੀਅਸ ਲੈ ਰਹੇ ਹਾਂ। ਅਤੇ ਇੱਥੇ ਪੁਲਿਸ ਵਗੈਰਾ ਸਕਿਉਰਟੀ ਵਗੈਰਾ ਲਗਾਈ ਜਾਏਗੀ? ਹਾਂਜੀ, ਸਿਕਿਉਰਟੀ ਅਸੀਂ ਪੀ ਸੀ ਆਰ ਇੱਕ ਹਾਲਟ ਕਰਵਾ ਦਿੱਤਾ, ਇੱਥੇ ਹਾਲਟਿੰਗ ਪੁਆਇੰਟ ਬਣਾ ਦਿੱਤਾ ਮੰਦਰ 'ਚ। ਸਰ, ਜਿਹਨੇ ਲੈਟਰ ਭੇਜਿਆ ਉਹਨੇ ਕਿਸੇ ਨੇ ਕੋਈ ਜ਼ਿੰਮੇਵਾਰੀ ਲਈ ਉਸ ਲੈਟਰ ਦੀ? ਨਹੀਂ, ਕੋਈ ਜ਼ਿੰਮੇਵਾਰੀ ਨਹੀਂ ਲਈ, ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਕੌਣ ਹੈ ਇਹ ਬੰਦਾ ਪੋਸਟ ਆਫਿਸ। ਇਹਨਾਂ ਨੂੰ ਪਹਿਲਾਂ ਕਿਸੇ ਨੇ ਕਿਹਾ ਹੋਵੇ ਕੋਈ ਲਾਈਟ ਜਿਹੜੇ ਸਪੀਕਰ ਚੱਲਦੇ ਉਹਨਾਂ ਦੀ ਵਾਈ ਵੂਈ ਕਢਾਈ ਜਾਵੇ ਇੱਦਾਂ ਦਾ ਕੋਈ ਬੈਟਰ? ਪੁੱਛਿਆ ਪੰਡਿਤ ਜੀ ਨੂੰ ਵੀ ਕਿਸੇ ਨੇ ਮਹੱਲੇ 'ਚ ਕੋਈ ਓਬਜੈਕਸ਼ਨ ਕੀਤਾ ਸੀ, ਇਹ ਤਾਂ ਕਹਿ ਰਹੇ ਆ ਵੀ ਹਜੇ ਤੱਕ ਤਾਂ ਕਦੀ ਕਿਸੇ ਨੇ ਨਹੀਂ ਕਿਹਾ। ਕੀ ਮਹੱਲਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਆ? ਅਸੀਂ ਤਾਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਮਾਹੌਲ ਨੂੰ ਸ਼ਾਂਤੀ ਪੂਰਵਕ ਬਣਾਇਆ ਰੱਖਿਆ ਜਾਵੇ।